ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਸ ਕਾਰਨ ਹੋ ਰਹੀਆਂ ਮੌਤਾਂ ਤੋਂ ਬਾਅਦ ਅੱਜ ਸੂਬੇ ਭਰ ਵਿੱਚ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਇਸੇ ਤਹਿਤ ਅੱਜ ਅੰਮ੍ਰਿਤਸਰ ਵਿੱਚ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਵੱਲੋਂ ਹੱਥਾਂ ਦੇ ਵਿੱਚ ਕਾਲੀਆਂ ਪੱਟੀਆਂ ਫੜ ਕੇ ਇੱਕ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਨੌਜਵਾਨੀ ਦੀ ਇਸ ਹਾਲਤ ਲਈ ਸਿੱਧੇ ਤੌਰ ਉੱਤੇ ਸਰਕਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਪਰ ਇਸ ਮੌਕੇ ਉਹਨਾਂ ਨੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਡੋਪ ਟੈਸਟ ਲਾਜ਼ਮੀ ਕਰਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਹੈ ਇਸ ਤੋਂ ਇਲਾਵਾ ਇਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵੀ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਡੋਪ ਟੈਸਟ ਸਿਰਫ ਸਰਕਾਰੀ ਕਰਮਚਾਰੀਆਂ ਦਾ ਹੀ ਨਹੀਂ ਸਗੋਂ ਧਾਰਮਿਕ ਅਤੇ ਸਿਆਸੀ ਆਗੂਆਂ ਦੇ ਵੀ ਲਾਜ਼ਮੀ ਹੋਣੇ ਚਾਹੀਦੇ ਨੇ ਅੱਜ ਅਸੀਂ ਜਿਹੜਾ ਹੈ ਪ੍ਰੋਟੈਸਟ ਹੈ ਇਸ ਸੰਦਰਭ 'ਚ ਕਰ ਰਹੇ ਹਾਂ ਕਿ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਮਾਂ ਪਿਓ ਨੂੰ ਕਿ ਤੁਸੀਂ ਜਾਗੋ ਪੰਜਾਬ ਅੱਜ ਜਿਹੜਾ ਸਾਰਾ ਸੜਕਾਂ 'ਤੇ ਹੈ ਨਸ਼ਿਆਂ ਦੇ ਖਿਲਾਫ ਸਾਡੇ ਬੱਚੇ ਮਰ ਰਹੇ ਨੇ ਪਰਿਵਾਰ ਉਜੜ ਰਹੇ ਨੇ ਪੰਜਾਬ ਜਿਹੜਾ ਉਹ ਖੁਸ਼ਹਾਲ ਸੀ ਅੱਜ ਬਦਹਾਲ ਹੋ ਗਿਆ ਘਰ ਘਰ ਸਿਵਿਆਂ ਦੀ ਅੱਗ ਪਹੁੰਚ ਗਈ ਹੈ ਅਤੇ ਉਹ ਨਸ਼ੇ ਕਰਕੇ ਪਹੁੰਚੀ ਹੈ ਸਰਕਾਰਾਂ ਰਾਜਨੀਤਿਕ ਲੀਡਰ ਸਮਾਜਿਕ ਲੀਡਰ ਧਾਰਮਿਕ ਲੀਡਰ ਆਪਣਾ ਰੋਲ ਅਦਾ ਕਰਨ ਤੋਂ ਫੇਲ ਹੋ ਗਏ ਨੇ ਅਤੇ ਤਾਂ ਇਹ ਨਸ਼ੇ ਨੇ ਆਪਣਾ ਪਸਾਰਾ ਕੀਤਾ ਅਤੇ ਸਾਰਾ ਸਮਾਜ ਖਾ ਗਿਆ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਵੈ ਅਸੀਂ ਸੜਕਾਂ 'ਤੇ ਇਸ ਕਰਕੇ ਹਾਂ ਕਿ ਅਸੀਂ ਚੇਤਨ ਨਾਲ ਜਾਗਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਪੰਜਾਬ ਵੀ ਜਾਗੇ ਸਾਰੇ ਲੋਕ ਜਾਗਣ ਆਪਣੇ ਘਰਾਂ ਦੀ ਸੰਭਾਲ ਕਰੀਏ ਆਪਣੇ ਪੰਜਾਬ ਦੀ ਸੰਭਾਲ ਕਰੀਏ ਆਪਣੀ ਜ਼ਿੰਮੇਵਾਰੀ ਸਮਝੀਏ ਨਾਲ ਇੱਕ ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਜੇ ਅਸੀਂ ਸਾਰੇ ਲੋਕ ਜ਼ਿੰਮੇਵਾਰ ਲੋਕ ਇਹ ਗੱਲ ਮਹਿਸੂਸ ਕਰੀਏ ਅਤੇ ਸਮਝ ਲਈਏ ਕਿ ਜਿਹੜੀ ਵੀ ਪਾਰਟੀ 'ਚ ਫੰਕਸ਼ਨ 'ਚ ਸ਼ਰਾਬ ਵੰਡਦੀ ਹੋਏਗੀ ਅਸੀਂ ਉੱਥੇ ਨਹੀਂ ਜਾਵਾਂਗੇ ਅਤੇ ਸ਼ਰਾਬ ਜਿਹੜੀ ਸਾਰੇ ਨਸ਼ਿਆਂ ਦੀ ਮਾਂ ਹੈ ਉਹ ਆਪਣੇ ਆਪ ਬੰਦ ਹੋਏਗੀ ਉਹ ਖਤਮ ਹੋ ਜਾਏਗੀ ਜੇ ਵਿਕੇਗੀ ਨਹੀਂ ਤਾਂ ਖਤਮ ਹੋਏਗੀ ਅਤੇ ਆਪਣੇ ਆਪ ਜਿਹੜਾ ਪੰਜਾਬ ਖੁਸ਼ਹਾਲੀ ਵਾਲੇ ਪਾਸੇ ਆ ਜਾਏਗਾ ਇਹ ਮੇਰਾ ਇੱਕ ਸੁਨੇਹਾ ਸਾਨੂੰ ਸਾਰੇ ਲੋਕਾਂ ਨੂੰ ਕਿ ਆਓ ਰਲ ਕੇ ਸਹੁੰ ਚੁੱਕੀਏ ਅਹਿਦ ਕਰੀਏ ਕਿ ਸਾਰੇ ਧਾਰਮਿਕ ਸਮਾਜਿਕ ਪੋਲੀਟੀਕਲ ਲੀਡਰ ਜਿਹੜੇ ਨੇ ਉਹ ਸ਼ਰਾਬ ਜਿੱਥੇ ਵੰਡਦੀ ਹੋਏਗੀ ਉਸ ਪਾਰਟੀ 'ਚ ਉਸ ਫੰਕਸ਼ਨ 'ਚ ਨਹੀਂ ਜਾਣਗੇ ਜੈਤ ਸਰੀ ਮਹੱਲਾ ਪੰਜਵਾ ਸ਼ੰਤ ਘਰ ਪਹਿ